ਦੋਸਤੋ, ਪੰਜਾਬ ਵਿੱਚ ਨਵੀਂ ਨਵੀਂ ਜੋਬਸ ਅਪਡੇਟ ਲੈਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ। ਅਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਐਕਸਾਈਜ਼ ਇੰਸਪੈਕਟਰ ਦੀ ਆਈ ਜੋਬ ਰਿਕਰੂਟਮੈਂਟ ਦੀ। ਤਾਂ ਇੱਥੇ ਆਪਾਂ ਦੇਖ ਸਕਦੇ ਹਾਂ, ਸਭ ਤੋਂ ਪਹਿਲਾਂ ਲਾਸਟ ਡੇਟ ਆ ਜਿਹੜੀ ਇਸ ਨੂੰ ਅਪਲਾਈ ਕਰਨ ਦੀ, ਉਹ 23/6/2022 ਤੱਕ ਆਪਾਂ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਨੇ। ਮਤਲਬ ਪੂਰਾ 1 ਮੰਥ ਹੈ। ਬਾਕੀ ਤੁਸੀਂ ਵੀਡੀਓ ਵਿੱਚ ਕਮੈਂਟ ਕਰ ਦਿਓ ਤਾਂ ਮੈਂ ਤੁਹਾਨੂੰ ਸਮਝਾ ਦਾਂਗਾ ਤੁਸੀਂ ਇਹ ਪੋਸਟ ਮੋਬਾਈਲ 'ਤੇ ਕਿਵੇਂ ਅਪਲਾਈ ਕਰ ਸਕਦੇ ਹੋ। ਅਤੇ ਇਸ ਤੋਂ ਬਾਅਦ ਗੱਲ ਕਰੀਏ ਟੋਟਲ ਨੰਬਰ ਆਫ ਅਸਾਮੀਆਂ ਦੀ, ਤਾਂ ਇੱਥੇ ਆਪਾਂ ਦੇਖ ਸਕਦੇ ਹਾਂ ਦਫ਼ਤਰ ਅਬਾਕਾਰੀ ਅਤੇ ਕਰ ਕਮਿਸ਼ਨਰੀ ਪੰਜਾਬ ਪਟਿਆਲਾ ਵੱਲੋਂ ਅਬਾਕਾਰੀ ਅਤੇ ਕਰ ਨਿਰੀਖਕ ਯਾਨੀ ਐਕਸਾਈਜ਼ ਇੰਸਪੈਕਟਰ ਦੀਆਂ ਪੋਸਟਾਂ ਨੇ। ਟੋਟਲ ਪੋਸਟਾਂ 107 ਪੋਸਟਾਂ ਨੇ। ਅਤੇ ਇਹਨਾਂ ਅਸਾਮੀਆਂ ਵਾਸਤੇ ਐਲੀਜੀਬਿਲਟੀ ਦੀ ਗੱਲ ਕਰੀਏ ਤਾਂ ਯੋਗਤਾ ਦੀ ਗੱਲ ਕਰੀਏ, ਇੱਥੇ ਆਪਾਂ ਚੈੱਕ ਕਰ ਸਕਦੇ ਹਾਂ ਨੋਰਮਲ ਗ੍ਰੈਜੂਏਸ਼ਨ ਦੀ ਡਿਗਰੀ ਮੰਗੀ ਗਈ ਹੈ, ਚਾਹੇ ਤੁਸੀਂ ਬੀ ਏ ਕੀਤੀ ਹੈ, ਬੀ ਕੌਮ ਕੀਤੀ ਹੈ ਜਾਂ ਬੀ ਐੱਸ ਸੀ ਕੀਤੀ ਹੈ, ਜੋ ਵੀ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਤਾਂ ਈਜ਼ਿਲੀ ਇਸ ਪੋਸਟ ਲਈ ਐਲੀਜੀਬਲ ਹੋ। ਇਸ ਤੋਂ ਇਲਾਵਾ 120 ਘੰਟਿਆਂ ਦਾ ਕੰਪਿਊਟਰ ਕੋਰਸ ਹੋਣਾ ਚਾਹੀਦਾ ਹੈ। ਇਹ ਨੋਰਮਲੀ ਕਿਸੇ ਵੀ ਤੁਸੀਂ ਜ਼ਾਇਡ ਇੰਸਟੀਟਿਊਟ ਤੋਂ ਹਾਸਿਲ ਕਰ ਸਕਦੇ ਹੋ। ਜੇ ਤੁਸੀਂ ਫੋਰੈਸਟ ਗਾਰਡ ਦੀ ਭਰਤੀ ਹਾਲੇ ਤੱਕ ਅਪਲਾਈ ਨਹੀਂ ਕੀਤੀ ਤਾਂ ਚੈਨਲ 'ਤੇ ਜਾ ਕੇ ਸਿੱਖ ਲਓ ਕਿਵੇਂ ਔਨਲਾਈਨ ਤੁਸੀਂ ਮੋਬਾਈਲ ਦੇ ਪੋਸਟ ਨੂੰ ਅਪਲਾਈ ਕਰ ਸਕਦੇ ਹੋ। ਐਂਡ ਫੋਰੈਸਟ ਗਾਰਡ ਦੀ ਭਰਤੀ ਦੇ ਰਿਗਾਰਡਿੰਗ ਕਲਾਸਿਸ ਵੀ ਆਪਾਂ ਆਲਰੇਡੀ ਸਟਾਰਟ ਕਰ ਦਿੱਤੀ ਆਪਣੇ ਚੈਨਲ 'ਤੇ, ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮੈਂ ਵਟਸਐਪ ਗਰੁੱਪ ਦਾ ਲਿੰਕ ਦੇ ਦਿੱਤਾ, ਉਸ ਨੂੰ ਜਾ ਕੇ ਤੁਸੀਂ ਜੁਆਇਨ ਕਰ ਲਓ। ਓਕੇ ਦੋਸਤੋ, ਅਤੇ ਨੀਚੇ ਆਪਾਂ ਦੇਖ ਸਕਦੇ ਹਾਂ ਕੈਟੇਗਰੀ ਦੇ ਹਿਸਾਬ ਨਾਲ ਪੋਸਟਾਂ ਦੀ ਬੰਦ ਹੈ। ਇਹ ਤੁਸੀਂ ਇਹ ਰੀਡ ਕਰ ਸਕਦੇ ਹੋ ਕਿ ਕਿੰਨੀ ਕਿਹੜੀ ਕੈਟੇਗਰੀ ਵਾਸਤੇ ਪੋਸਟਾਂ ਇਸ ਵਿੱਚ ਰੱਖੀ ਗਈਆਂ। ਬਸ ਸੈਲਰੀ ਸਕੇਲ ਦੀ ਗੱਲ ਕਰੀਏ, ਇੱਥੇ 35,400 ਰੁਪਏ ਸੈਲਰੀ ਇੱਥੇ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ। ਐਂਡ ਏਜ ਲਿਮਿਟ ਦੀ ਗੱਲ ਕਰੀਏ ਤਾਂ ਜੋ ਜਨਰਲ ਕੈਟੇਗਰੀ ਦੇ ਕੈਂਡੀਡੇਟ ਨੇ ਉਹਨਾਂ ਦੀ ਏਜ ਲਿਮਿਟ 18 ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਐੱਸ ਸੀ ਐੱਸ ਟੀ ਦੇ ਕੈਂਡੀਡੇਟ ਨੇ ਜਿਹੜੀ ਉਹਨਾਂ ਵਾਸਤੇ 5 ਤੋਂ 3 ਸਾਲਾਂ ਦੀ ਐਕਸਟਰਾ ਛੋਟ ਇਸ ਵਿੱਚ ਮਿਲ ਜਾਂਦੀ ਹੈ। ਓਕੇ ਦੋਸਤੋ, ਇਸ ਤੋਂ ਬਾਅਦ ਫੀਸ ਦੀ ਗੱਲ ਕਰੀਏ, ਜਿਹੜੇ ਜਨਰਲ ਕੈਟੇਗਰੀ ਦੇ ਅਤੇ ਸੁਤੰਤਰ ਸੰਗਰਾਮੀ ਨੇ ਅਤੇ ਖਿਡਾਰੀ ਨੇ ਉਹਨਾਂ ਵਾਸਤੇ ਕੀ ਹੈ 1,000 ਰੁਪਏ ਫੀਸ ਇੱਥੇ ਇਹਨਾਂ ਨੇ ਮੈਂਸ਼ਨ ਕੀਤੀ ਹੈ। ਅਤੇ ਐੱਸ ਸੀ ਬੀ ਸੀ ਅਤੇ ਈ ਡਬਲਯੂ ਐੱਸ ਵਾਸਤੇ 250 ਰੁਪਏ ਫੀਸ ਹੈ। ਅਤੇ ਐਕਸ ਸਰਵਿਸ ਮੈਨ ਐਂਡ ਡਿਪੈਂਡੈਂਟ ਵਾਸਤੇ ਜਿਹੜੀ 200 ਰੁਪਏ ਫੀਸ ਹੈ ਇੱਥੇ ਮੈਂਸ਼ਨ ਕੀਤੀ ਗਈ ਹੈ। ਅਤੇ ਫਿਜ਼ੀਕਲ ਹੈਂਡੀਕੈਪਡ ਵਾਸਤੇ 500 ਰੁਪਏ ਫੀਸ ਰੱਖੀ ਗਈ ਹੈ। ਸੋ ਦੋਸਤੋ, ਇਹ ਮੇਨ ਮੇਨ ਜਾਣਕਾਰੀ ਸੀ। ਤੁਸੀਂ ਪੋਸਟ ਨੂੰ ਅਪਲਾਈ ਕਰ ਦਿਓ ਐਂਡ ਬਾਕੀ ਦੇ ਜਿਹੜੇ ਇਗਜ਼ਾਮ ਸਿਲੇਬਸ ਐਂਡ ਕਲਾਸਿਸ ਰਿਗਾਰਡਿੰਗ ਇਨਫੋਰਮੇਸ਼ਨ ਤੁਹਾਨੂੰ ਮੇਰੇ ਚੈਨਲ 'ਤੇ ਮਿਲਦੀ ਰਹੇਗੀ। ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਓ।